ਫਿਰ ਤੋਂ ਕੋਵਿਡ ਲੌਕਡਾਊਨ ਇਹ ਵਿਸ਼ਵ ਪੱਧਰ ਦੀ ਸਪਲਾਈ ਚੇਨ ਦੇ ਲਈ ਇੱਕ ਅਸਲ ਤੂਫਾਨ ਦੇ ਵਾਂਗ ਹੈ ਕਿ ਕਿਵੇਂ ਵਸਤੂਆਂ ਦੂਜੇ ਮੁਲਕਾਂ 'ਚ ਅਤੇ ਕਿਸੇ ਤੱਕ ਪਹੁੰਚਣਗੀਆਂ। ਚੀਨ 'ਚ ਜਦ ਕੋਈ ਖਲਲ ਪੈਦਾ ਹੁੰਦੀ ਹੈ ਤਾਂ ਇਸ ਦਾ ਪੂਰੀ ਦੁਨੀਆ ਤੇ ਕਾਫੀ ਅਸਰ ਪੈਂਦਾ ਹੈ ਕਿਉਂਕਿ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਸਮਰੱਥਾ ਚੀਨ ਦੇ ਵਿੱਚ ਹੀ ਮੌਜੂਦ ਹੈ। ਜੇ ਤੁਸੀਂ ਕੁਝ ਵੀ ਆਨਲਾਈਨ ਖਰੀਦ ਰਹੇ ਹੋ ਤਾਂ ਇਹ ਸੰਭਾਵਨਾ ਜ਼ਿਆਦਾ ਹੈ ਕਿ ਉਹ ਸ਼ੈਨਚੇਨ ਦੇ ਵਿੱਚ ਬਣੀ ਹੋਵੇ। ਚੀਨ ਦੇ ਦੱਖਣ ਪੂਰਬ ਦੇ ਵਿੱਚ ਮੌਜੂਦ ਇਸ ਸ਼ਹਿਰ ਦੀ ਆਬਾਦੀ ਲਗਭਗ 2.5 ਕਰੋੜ ਹੈ ਜਿੱਥੇ ਚੀਨ ਦੇ ਤਕਰੀਬਨ ਅੱਧੇ ਆਨਲਾਈਨ ਰਿਟੇਲ ਐਕਸਪੋਰਟਰਸ ਮੌਜੂਦ ਨੇ। ਇਸੇ ਕਾਰਨ ਜਦੋਂ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਵਾਧਾ ਹੋਇਆ ਤਾਂ ਸ਼ੈਨਚੇਨ ਦੇ ਵਿੱਚ ਹਾਲ ਹੀ 'ਚ 6 ਦਿਨਾਂ ਦਾ ਲੌਕਡਾਊਨ ਲਗਾ ਦਿੱਤਾ ਗਿਆ। ਇਸ ਦੇ ਕਾਰਨ ਦੁਨੀਆ ਦੇ ਧੰਦਿਆਂ ਨੂੰ ਭਾਰੀ ਝਟਕਾ ਲੱਗਿਆ। ਕੋਰੋਨਾ ਦੀਆਂ ਪਾਬੰਦੀਆਂ ਸ਼ੰਘਾਈ, ਜਿਲਿਨ ਅਤੇ ਗੁਆਂਗਜ਼ੂ ਵਰਗੇ ਵੱਡੇ ਸ਼ਹਿਰਾਂ ਅਤੇ ਸੂਬਿਆਂ 'ਚ ਵੀ ਲਾਗੂ ਕੀਤੀਆਂ ਗਈਆਂ ਨੇ। ਦੁਨੀਆ ਦੇ ਮਾਲ ਨੂੰ ਢੋਣ ਵਾਲੇ ਜਹਾਜ਼ਾਂ ਦੀ ਨਿਗਰਾਨੀ ਕਰਨ ਵਾਲੇ ਪ੍ਰੋਜੈਕਟ 44 ਦੇ ਮੁਤਾਬਕ ਚੀਨ ਦੀਆਂ ਕਈ ਬੰਦਰਗਾਹਾਂ ਤੇ ਹੁਣ ਤੋਂ ਹੀ ਜਹਾਜ਼ਾਂ ਦੀ ਗਿਣਤੀ 'ਚ ਵਾਧਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਪ੍ਰੋਜੈਕਟ 44 ਤੇ ਸੀਨੀਅਰ ਉਪ ਪ੍ਰਧਾਨ ਐਡਮ ਕੰਪਟਨ ਨੇ ਕਿਹਾ, ਯੈਂਤੀਅਨ ਬੰਦਰਗਾਹ ਤੇ ਖੜੇ ਜਹਾਜ਼ਾਂ 'ਚ ਅਸੀਂ 28.5% ਦਾ ਵਾਧਾ ਦੇਖਿਆ ਜੋ ਯੂਰਪ ਤੇ ਉੱਤਰੀ ਅਮਰੀਕਾ ਦੇ ਬਰਾਬਰ ਐਕਸਪੋਰਟ ਕਰਨ ਦੀ ਸਭ ਤੋਂ ਵੱਡੀ ਬੰਦਰਗਾਹ ਹੈ। ਇਹ ਉਹੀ ਬੰਦਰਗਾਹ ਹੈ ਜਿਸ ਨੂੰ ਲੰਘੇ ਸਾਲ ਕੋਵਿਡ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ ਅਤੇ ਇਸੇ ਵਜ੍ਹਾ ਕਰਕੇ ਕ੍ਰਿਸਮਸ ਦੌਰਾਨ ਸਮਾਨ ਦੀ ਡਿਲੀਵਰੀ ਵਿੱਚ ਦੇਰੀ ਹੋਈ ਸੀ। ਕੋਰੋਨਾ ਪਾਬੰਦੀਆਂ ਉਦੋਂ ਲਗਾਈਆਂ ਗਈਆਂ ਜਦੋਂ ਫਰਵਰੀ ਦੇ ਵਿੱਚ ਚੀਨੀ ਲੂਨਰ ਨਿਊ ਈਅਰ ਦੀਆਂ ਛੁੱਟੀਆਂ ਤੋਂ ਬਾਅਦ ਚੀਨ ਦੇ ਵਿੱਚ ਮੈਨੂਫੈਕਚਰਿੰਗ ਆਊਟਪੁੱਟ ਨੇ ਉੱਭਰਨਾ ਸ਼ੁਰੂ ਕੀਤਾ ਸੀ। ਚੀਨ ਦੀਆਂ ਨਵੀਆਂ ਕੋਵਿਡ ਪਾਬੰਦੀਆਂ ਕਾਫੀ ਸਖਤ ਨੇ ਪਰ ਮੰਨਿਆ ਇਹ ਜਾ ਰਿਹਾ ਹੈ ਕਿ ਇਹ ਕਾਫੀ ਲੰਬੇ ਸਮੇਂ ਤੱਕ ਨਹੀਂ ਰਹਿਣ ਵਾਲੀਆਂ। ਬ੍ਰਿਟਿਸ਼ ਚੈਂਬਰ ਆਫ ਕਾਮਰਸ ਚਾਈਨਾ ਦੇ ਮੈਨੇਜਿੰਗ ਡਾਇਰੈਕਟਰ ਸਟੀਫ ਲਿੰਚ ਕਹਿੰਦੇ ਨੇ, ਇਹ ਦੋ ਧਾਰੀ ਤਲਵਾਰ ਹੈ। ਚੀਨ ਨੇ ਬਹੁਤ ਤੇਜ਼ੀ ਨਾਲ ਇਹ ਸਭ ਕੁਝ ਕੀਤਾ ਜਿਸ ਕਾਰਨ ਦਿੱਕਤਾਂ ਪੈਦਾ ਹੋਈਆਂ ਪਰ ਇਸ ਦੀ ਤੁਲਨਾ ਵਿੱਚ ਚੀਜ਼ਾਂ ਬਹੁਤ ਜਲਦ ਸਧਾਰਨ ਹੋਣਗੀਆਂ। ਅਜਿਹਾ ਲੱਗਦਾ ਹੈ ਕਿ ਕੰਪਨੀਆਂ ਇਸ ਸਮੇਂ ਕਾਫੀ ਬਿਹਤਰ ਤਰੀਕੇ ਨਾਲ ਤਿਆਰ ਨੇ। ਲਿੰਚ ਅੱਗੇ ਕਹਿੰਦੇ ਨੇ ਕਿ ਅਸੀਂ ਅਜਿਹੇ ਲੌਕਡਾਊਨ ਦੇਖ ਚੁੱਕੇ ਹਾਂ ਤਾਂ ਇਸ ਲਈ ਕੰਪਨੀਆਂ ਨੇ ਇੱਕ ਮਜ਼ਬੂਤ ਸਪਲਾਈ ਚੇਨ ਮੈਨੇਜਮੈਂਟ ਤਿਆਰ ਕੀਤੀ ਹੈ। ਉਦਾਹਰਨ ਦੇ ਲਈ ਈ-ਕਾਮਰਸ ਦੀ ਸਭ ਤੋਂ ਵੱਡੀ ਕੰਪਨੀ Amazon ਨੇ ਚੀਨ ਦੇ ਵਿੱਚ ਮੌਜੂਦ ਕਈ ਇਨਵੈਂਟਰੀਜ਼ ਖਰੀਦ ਲਈਆਂ ਨੇ ਜੋ ਓਮਿਕਰੋਨ ਦੇ ਮਾਮਲੇ ਵਧਣ ਦੇ ਦੌਰਾਨ ਕਿਸੇ ਵੀ ਦਿੱਕਤ ਤੋਂ ਬਚਾ ਸਕਣ। ਹਾਲ ਦੀਆਂ ਪਾਬੰਦੀਆਂ ਨਾਲ ਕੋਈ ਵੱਡੀ ਸਮੱਸਿਆ ਇਸ ਕਾਰਨ ਪੈਦਾ ਹੋਵੇਗੀ ਅਜਿਹਾ ਨਹੀਂ ਲੱਗਦਾ। Amazon ਬੁਲਾਰੇ ਨੇ ਕਿਹਾ ਕਿ ਅਸੀਂ ਇਹਨਾਂ ਪਾਬੰਦੀਆਂ ਤੋਂ ਬਾਅਦ ਆਪਣੇ ਉਪਲਬਧ ਮਾਲ ਨੂੰ ਇਸ ਇਲਾਕੇ ਦੇ ਗੁਆਂਢੀ ਗੋਦਾਮਾਂ ਵਿੱਚ ਭੇਜਣ 'ਚ ਸਮਰੱਥ ਹਾਂ। ਇੱਕ ਹੋਰ ਉਦਾਹਰਨ Foxconn ਦਾ ਹੈ ਜੋ Apple ਦੇ iPhone ਦਾ ਨਿਰਮਾਣ ਕਰਦੀ ਹੈ। ਉਸਨੇ ਆਪਣੇ ਉਤਪਾਦਨ ਨੂੰ ਦੂਜੀ ਮੈਨੂਫੈਕਚਰਿੰਗ ਸਾਈਟਸ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਜਦਕਿ ਉਸਨੇ ਆਪਣੇ ਕਰਮਚਾਰੀਆਂ ਨੂੰ ਇੱਕ ਬਬਲ ਸਿਸਟਮ ਦੇ ਵਿੱਚ ਕੰਮ ਕਰਨ ਨੂੰ ਕਿਹਾ ਹੈ। ਇਸ ਵਿੱਚ ਉਸੇ ਕੈਂਪਸ ਦੇ ਵਿੱਚ ਰਹਿ ਕੇ ਲੋਕ ਕੰਮ ਕਰਨਗੇ। ਹੈਂਗਸੇਂਗ ਬੈਂਕ ਚਾਈਨਾ ਦੇ ਸੀਨੀਅਰ ਅਰਥਸ਼ਾਸਤਰੀ ਡੇਨ ਵੌਂਗ ਕਹਿੰਦੇ ਨੇ, Foxconn ਲਈ ਇਹ ਸ਼ਾਇਦ ਸੌਖਾ ਹੋਵੇ ਪਰ ਉਹ ਨਿਰਮਾਤਾ ਜੋ ਜ਼ਿਆਦਾਤਰ ਇਸੇ ਇਲਾਕੇ ਵਿੱਚ ਹਨ ਅਤੇ ਪੁਰਜੇ ਭੇਜਣ ਲਈ ਹੋਰ ਟਰਾਂਸਪੋਰਟ ਉੱਤੇ ਨਿਰਭਰ ਨੇ ਉਹਨਾਂ ਲਈ ਇਹ ਬਹੁਤ ਔਖਾ ਹੋਵੇਗਾ ਕਿਉਂਕਿ ਚੀਨ ਅੰਦਰ ਗੱਡੀਆਂ ਦੀ ਆਵਾਜਾਈ ਫਿਲਹਾਲ ਬੰਦ ਹੈ। ਚੀਨ ਵਿੱਚ ਇਹ ਤਾਜ਼ਾ ਹਾਲਾਤ ਉਸ ਦੀ ਜ਼ੀਰੋ ਕੋਵਿਡ ਪਾਲਿਸੀ ਦੇ ਕਾਰਨ ਬਣੇ ਨੇ। ਹਾਲ ਹੀ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਵੱਡੇ ਆਗੂਆਂ ਦੇ ਨਾਲ ਇੱਕ ਬੈਠਕ 'ਚ ਕਿਹਾ ਸੀ ਕਿ ਦੇਸ਼ ਇਸੇ ਪਾਲਿਸੀ ਉੱਤੇ ਟਿਕਿਆ ਰਹੇਗਾ। ਉਹਨਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਸੀ ਕਿ ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਆਰਥਿਕ ਤਕਲੀਫਾਂ ਨਹੀਂ ਹੋਣਗੀਆਂ। ਅਜਿਹੇ ਸੰਕੇਤ ਮਿਲੇ ਨੇ ਕਿ ਇਸ ਨਾਲ ਵੱਡੇ ਖਰਚੇ ਵੱਧ ਰਹੇ ਨੇ ਅਤੇ ਕੁਝ ਵੱਡੀ ਕੰਪਨੀਆਂ ਚੀਨੀ ਬਾਜ਼ਾਰ ਦੇ ਵਿੱਚ ਆਪਣੀ ਮੌਜੂਦਗੀ ਉੱਤੇ ਮੁੜ ਵਿਚਾਰ ਕਰ ਰਹੀਆਂ ਨੇ। ਸਿੰਗਾਪੁਰ ਦੀ ਸਭ ਤੋਂ ਵੱਡੀ ਮਾਲ ਢੁਲਾਈ ਕੰਪਨੀ ਹਾਉਲਿਓ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਵਿਨ ਏਆ ਕਹਿੰਦੇ ਨੇ, ਉਦਯੋਗ ਹੁਣ ਬਹੁਤ ਜ਼ਿਆਦਾ ਲਚੀਲੇ ਹੋ ਗਏ ਨੇ ਅਤੇ ਚੀਨ ਤੋਂ ਇਲਾਵਾ ਦੂਜੇ ਵਿਕਲਪ ਵੱਲ ਦੇਖ ਰਹੇ ਨੇ। ਉਹ ਅੱਗੇ ਕਹਿੰਦੇ ਨੇ ਕਿ ਕਈ ਮੁੱਖ ਕਾਰੋਬਾਰੀ ਖਿਡਾਰੀਆਂ ਨੇ ਆਪਣੇ ਸੰਸਾਧਨਾਂ ਅਤੇ ਯੋਜਨਾਵਾਂ ਨੂੰ ਵਿਭਿੰਨਤਾ ਵਾਲਾ ਬਣਾਇਆ ਅਤੇ ਉਹ ਆਪਣੇ ਸਾਰੇ ਵਿਕਲਪਾਂ ਨੂੰ ਇੱਕੋ ਥਾਂ ਨਹੀਂ ਰੱਖ ਰਹੇ। ਦੱਖਣ ਪੂਰਬ ਦੇ ਨਜ਼ਰੀਏ ਨਾਲ ਦੇਖੀਏ ਤਾਂ ਅਸੀਂ ਸੰਭਾਵਿਤ ਚੀਜ਼ਾਂ ਹੁੰਦੀਆਂ ਦੇਖ ਸਕਦੇ ਹਾਂ। ਵੀਅਤਨਾਮ, ਮਲੇਸ਼ੀਆ ਤੇ ਇੰਡੋਨੇਸ਼ੀਆ ਦੀਆਂ ਫੈਕਟਰੀਆਂ 'ਚ ਆਰਡਰਾਂ ਦੇ ਵਿੱਚ ਵਾਧਾ ਹੋਇਆ। ਜ਼ੈਨੇਟਾ ਦੇ ਚੀਫ ਐਨਾਲਿਸਟ ਪੀਟਰ ਸੈਂਡ ਇਸ ਗੱਲ ਉੱਤੇ ਸਹਿਮਤੀ ਜਤਾਉਂਦੇ ਨੇ। ਉਹ ਕਹਿੰਦੇ ਨੇ ਕਿ ਕੰਪਨੀ ਨੇ ਆਪਣੀਆਂ ਐਮਰਜੈਂਸੀ ਯੋਜਨਾਵਾਂ ਦੇ ਤਹਿਤ ਆਪਣੀ ਇਨਵੈਂਟਰੀ ਤੋਂ ਲੈ ਕੇ ਗੁਆਂਢੀ ਦੇਸ਼ਾਂ ਵਿੱਚ ਉਤਪਾਦਨ ਦੀਆਂ ਯੂਨਿਟਸ ਨੂੰ ਵਧਾਇਆ ਤਾਂ ਜੋ ਉਹਨਾਂ ਉਪਭੋਗਤਾਵਾਂ ਦੇ ਲਈ ਉਤਪਾਦਨ ਬੰਦ ਨਾ ਹੋਵੇ ਜਿੱਥੇ ਉਹਨਾਂ ਦੀ ਜ਼ਿਆਦਾ ਮੰਗ ਹੈ ਕਿਉਂਕਿ ਇਹ ਸਭ ਤੋਂ ਮਹਿੰਗਾ ਵਿਕਲਪ ਹੋ ਸਕਦਾ ਹੈ। ਉਧਰ ਅਮਰੀਕਨ ਚੈਂਬਰ ਆਫ ਕਾਮਰਸ ਇਨ ਚਾਈਨਾ ਦੇ ਮਾਈਕਲ ਹਾਰਟ ਨੇ ਕਿਹਾ ਕਿ ਉਸਦੇ ਕਈ ਮੈਂਬਰ ਆਪਣੇ ਕੰਮ ਨੂੰ ਉੱਥੋਂ ਟ੍ਰਾਂਸਫਰ ਕਰਨ ਦਾ ਸੋਚ ਰਹੇ ਨੇ ਪਰ ਇਹਨਾਂ ਦੀ ਗਿਣਤੀ ਅਜੇ ਕਾਫੀ ਘੱਟ ਹੈ। ਪਰ ਜੋ ਲੋਕ ਆਪਣਾ ਕੰਮ ਕਿਤੇ ਹੋਰ ਭੇਜਣ ਬਾਰੇ ਸੋਚ ਰਹੇ ਨੇ ਉਹਨਾਂ ਦੀ ਗਿਣਤੀ ਲੰਘੇ ਸਾਲ 22% ਸੀ ਅਤੇ ਉਹਨਾਂ ਨੇ ਕੋਵਿਡ ਪਾਬੰਦੀਆਂ ਦਾ ਹਵਾਲਾ ਦਿੱਤਾ ਸੀ ਜੋ ਕਿ ਉਸ ਤੋਂ ਪਿਛਲੇ ਸਾਲ 5% ਜ਼ਿਆਦਾ ਸਨ।